ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀਓ, ਆਪ ਜੀ ਨੇ ਜੋ ਪਿਛਲਾ ਰਾਗ ਸਰਵਣ ਕੀਤਾ ਸੀ ਉਹ ਰਾਗ ਮਾਰੂ ਕਾਫੀ, ਉਸੇ ਰਾਗ ਦਾ ਅਗਲਾ ਪਾਠ ਰਾਗ ਮਾਰੂ ਦੱਖਣੀ। ਜਿਵੇਂ ਪਹਿਲਾਂ ਵੀ ਦਾਸ ਨੇ ਦੱਸਿਆ ਕਿ ਦੱਖਣ ਦੇ ਪ੍ਰਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਪ੍ਰਕਾਰ ਦੇ ਰੂਪ ਵਿੱਚ ਸਾਨੂੰ 6 ਸਵਰੂਪ ਮਿਲਦੇ ਨੇ ਰਾਗ ਦੱਖਣੀ ਦੇ, ਜਿਹਦੇ ਵਿੱਚ ਮਹਾਰਾਜ ਨੇ ਦੱਖਣੀ ਰਾਗ ਨੂੰ ਪ੍ਰਯੋਗ ਵਿੱਚ ਲਿਆਂਦਾ ਹੈ ਮਿਸ਼ਰਤ ਰਾਗ ਦੀ ਗਣਨਾ ਦੇ ਵਿੱਚ। ਸਭ ਤੋਂ ਪਹਿਲਾਂ ਆਪ ਜੀ ਨੇ ਸਰਵਣ ਕੀਤਾ ਰਾਗ ਗੌੜੀ ਦੱਖਣੀ, ਉਸ ਤੋਂ ਬਾਅਦ ਰਾਗ ਵਡਹੰਸ ਦੱਖਣੀ, ਰਾਗ ਰਾਮਕਲੀ ਦੱਖਣੀ, ਰਾਗ ਬਿਲਾਵਲ ਦੱਖਣੀ, ਅੱਜ ਆਪ ਜੀ ਸਰਵਣ ਕਰ ਰਹੇ ਹੋ ਰਾਗ ਮਾਰੂ ਦੱਖਣੀ, ਅਤੇ ਅਗਲੇ ਦਿਨਾਂ ਵਿੱਚ ਆਪ ਜੀ ਸਰਵਣ ਕਰੋਗੇ ਬੜਾ ਪਿਆਰਾ ਰਾਗ ਰਾਗ ਪ੍ਰਭਾਤੀ ਦੱਖਣੀ। ਸਾਧ ਸੰਗਤ ਜੀ, ਇਹ ਬੜਾ ਵਿਕਟ ਰਾਗ ਪਰ ਬੜਾ ਪਿਆਰਾ ਰਾਗ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਹੀ ਸ਼ਬਦ ਸਾਨੂੰ ਮਾਰੂ ਦੱਖਣੀ ਦੇ ਵਿੱਚ ਦਰਜ ਮਿਲਦਾ ਹੈ। ਸੋ ਅੱਜ ਇੱਕ ਵਿਸ਼ੇਸ਼, ਜੋ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਜੋ ਅੱਜ ਦਾ ਰਾਗ ਮਾਰੂ ਦੱਖਣੀ ਆਪ ਜੀ 33 ਸਾਜਾਂ ਨਾਲ ਜੋ ਗੁਰਮਤਿ ਸੰਗੀਤ ਦੇ ਵਿਦਿਆਰਥੀ ਨੇ, ਪਿਆਰੇ ਪਿਆਰੇ ਕੀਰਤਨੀ ਨੇ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ, ਉਹ ਆਪ ਜੀ ਦੀ ਸੇਵਾ ਵਿੱਚ ਇੱਕ ਸ਼ਬਦ ਜੋ ਮਾਰੂ ਦੱਖਣੀ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹ ਆਪ ਜੀ ਨੂੰ ਸਰਵਣ ਕਰਾਉਣਗੇ। ਰਾਗਾਤਮਕ ਪਹਿਲੂ ਵੱਲ ਦੇਖੀਏ, ਇਸ ਰਾਗ ਦੇ ਆਰੋਹ ਦੇ ਵਿੱਚ ਰਿਸ਼ਭ ਨੂੰ ਵਰਜਿਤ ਕੀਤਾ ਜਾਂਦਾ, ਤਕਰੀਬਨ ਭੈਰੋ ਵਾਲੇ ਸਾਰੇ ਸੁਰ ਨੇ, ਪਰ ਵੱਖਰ ਹੋਣ ਕਰਕੇ ਵਿਸ਼ੇਸ਼ ਚਲਨ ਕਰਕੇ ਇਹ ਬਿਲਕੁਲ ਭੈਰੋ ਤੋਂ ਵੱਖਰਾ ਹੋ ਜਾਂਦਾ। ਰਾਗ ਮਾਰੂ ਦੱਖਣੀ ਦੇ ਰਾਗਾਤਮਕ ਪਹਿਲੂ ਵੱਲ ਦੇਖੀਏ, ਇਸ ਰਾਗ ਦੇ ਆਰੋਹ ਦੇ ਵਿੱਚ ਰਿਸ਼ਭ ਨੂੰ ਵਰਜਿਤ ਕੀਤਾ ਜਾਂਦਾ, ਇਸ ਕਰਕੇ ਇਸ ਰਾਗ ਦੀ ਜਾਤੀ ਛਾੜਵ ਸੰਪੂਰਨ ਬਣ ਜਾਂਦੀ ਹੈ। ਤਕਰੀਬਨ ਸਾਰੇ ਸਵਰ ਇਸ ਰਾਗ ਦੇ ਭੈਰੋ ਨਾਲ ਮਿਲਦੇ ਨੇ, ਪਰ ਆਪਣੇ ਚਲਤ ਕਰਕੇ ਇਹ ਰਾਗ ਬਿਲਕੁਲ ਭੈਰੋ ਤੋਂ ਵੱਖਰਾ ਹੋ ਜਾਂਦਾ, ਕਿਉਂਕਿ ਵੱਕਰ ਪੰਚਮ ਤੋਂ ਬਾਅਦ ਧੈਵਤ ਤੋਂ ਇਹ ਵੱਕਰ ਬਣ ਜਾਂਦਾ ਸਾਰਾ ਰਾਗ। ਇਸ ਕਰਕੇ ਵਿਸ਼ੇਸ਼ ਚਲਨ ਕਰਕੇ, ਵੱਕਰ ਚਲਤ ਕਰਕੇ ਇਹ ਰਾਗ ਭੈਰੋ ਕਾਲਿੰਗੜਾ ਗੌੜੀ ਤੋਂ ਬਿਲਕੁਲ ਵੱਖਰਾ ਹੋ ਜਾਂਦਾ। ਸੋ ਇਸ ਰਾਗ ਦੀ ਜਾਤੀ ਜਿਵੇਂ ਦਾਸ ਨੇ ਦੱਸਿਆ ਛਾੜਵ ਸੰਪੂਰਨ, ਇਸ ਰਾਗ ਦਾ ਵਾਦੀ ਸੁਰ ਧੈਵਤ ਕੋਮਲ ਅਤੇ ਸੰਵਾਦੀ ਸੁਰ ਰਿਸ਼ਭ ਕੋਮਲ ਨੂੰ ਮੰਨਿਆ ਗਿਆ। ਇਸ ਰਾਗ ਦਾ ਗਾਇਨ ਸਮਾਂ ਦਿਨ ਦਾ ਪਹਿਲਾ ਪਹਿਰ ਮੰਨਿਆ ਗਿਆ। ਆਓ ਬੜੇ ਹੀ ਪਿਆਰ ਨਾਲ ਰਾਗ ਮਾਰੂ ਦੱਖਣੀ ਦੇ ਵਿੱਚ, ਅਤੇ ਜਿਵੇਂ ਦਾਸ ਹਮੇਸ਼ਾ ਦੱਸਦਾ ਹੈ ਕਿ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਸ ਰਾਗ ਵਿੱਚ ਇੱਕ ਸ਼ਬਦ ਹੈ, ਦੂਜੇ 2-3 ਰਾਗ ਅਸੀਂ ਜੋ ਪਹਿਲਾਂ ਗਾ ਚੁੱਕੇ ਹਾਂ ਰਾਗ, ਉਹਨਾਂ ਦੇ ਵਿੱਚੋਂ ਪਿਆਰੇ ਪਿਆਰੇ ਸ਼ਬਦ ਗੁਰੂ ਦੇ ਲਾਡਲੇ ਕੀਰਤਨੀ ਆਪ ਜੀ ਨੂੰ ਸਰਵਣ ਕਰਾਉਂਦੇ ਨੇ। ਸਾਡਾ ਮੰਤਵ ਇਹ ਹੈ, ਜਿਨ੍ਹਾਂ ਨੂੰ ਆਪ ਜੀ ਬਹੁਤ ਪ੍ਰੇਮ ਕਰਦੇ ਹੋ, ਸੰਗਤ ਦੇ ਵਿੱਚ ਜਿਨ੍ਹਾਂ ਕੀਰਤਨੀਆਂ ਦਾ ਬਹੁਤ ਨਾਮ ਹੈ, ਉਹਨਾਂ ਦੇ ਨਾਲ ਨਾਲ ਅਜੋਕੇ ਨਵਤਨ ਕੀਰਤਨੀਆਂ ਵੀ ਸੰਗਤ ਦੀ ਸੇਵਾ ਵਿੱਚ ਆਉਣ, ਜਿਹੜੇ ਰਾਗਾਤਮਕ ਕੀਰਤਨ ਨੂੰ ਤਰਜੀਹ ਦੇ ਰਹੇ ਨੇ ਅਤੇ ਗੁਰਮਤਿ ਸੰਗੀਤ ਦੀ ਪਰੰਪਰਾ 'ਤੇ ਪਹਿਰਾ ਦੇ ਰਹੇ ਨੇ। ਆਓ ਬੜੇ ਪਿਆਰ ਨਾਲ ਗੁਰੂ ਦੇ ਪਿਆਰੇ ਕੀਰਤਨੀਆਂ ਪਾਸੋਂ ਰਾਗ ਮਾਰੂ ਦੱਖਣੀ ਵਿੱਚ ਸ਼ਬਦ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਗੜਿਆਦੜ ਕਾਇਆ ਨਗਰ
नगर गड़ेलदर साचा वासा उर गगनदर। साचा वासा उर गगनदर अस्थिर थान सदा निर्मायल। अस्थिर थान सदा निर्मायल आपे आप उपायदा। ताया नगर नगर गड़ियलदर ताया नगर नगर गड़ियलदर अंदर कोट सजे हट नाले अंदर कोट सजे हट नाले आपे ले वे वस्त्र समाले आपे ले वे वस्त्र समाले। बज्र कपाट जड़े जड़ जाने बज्र कपाट जड़े जड़ जाने गुर सब दी खिलाए दा। ताया नगर नगर गड़ियलदर नगर नगर गड़ियलदर साचा वासा उर गगनदर। साचा वासा उर गगनदर भीतर कोट आपे की तो खेल तमाशा। आपे की तो खेल तमाशा बल्दी जल निवर किरपाते आपे दल निध पाए आपे दल निध पाए। नगर नगर गड़ियलदर नगर नगर गड़ियलदर साचा वासा उर गगनंदर साचा वासा।
Sacha
अतिथि कथा चैन नहीं कोई पूर रया मन पाएगा पूर रया मन पाएगा नगर नगर गड़े अंदर नगर गड़े अंदर साचा वासा पुर गगन अंदर साचा वासा पुर गगन अंदर पसरे किरण ज्योत उजाला पसरे किरण ज्योत So
चबासा पुर गगन दर अस्थिर थान सदा निर्माया आपे आप आपे 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 जोड़ बिछोड़े करता आपे जोड़ बिछोड़े करता आपे मार जीवाए काया नगर नगर गड़ियांदर काया नगर नगर गड़ियांदर साचा वासा पुर गगनंदर साचा वासा पुर गगनंदर Thank you.
नगर नगर गड़े अंदर काया नगर नगर गड़े अंदर साचा वासा पुर गगन अंदर अस्थिर थान सदा निर्माय आपे आप उपाय दाया नगर नगर गड़ियादर नगर गड़ियादर नगर गड़ियादर काया नगर नगर गड़ियादर।